ਚੰਡੀਗੜ੍ਹ ਰੋਡ ਗਲਾਡਾ ਗਰਾਊਂਡ ਨਜ਼ਦੀਕ ਵਰਧਮਾਨ ਮਿੱਲ ਵਿਖੇ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀ ਗ੍ਰੇਟ ਦੁਸਹਿਰਾ ਦਿਵਾਲੀ ਮੇਲਾ ਸ਼ੁਰੂ ਹੋਇਆ, ਉੱਥੇ ਰਾਇਲ ਸਰਕਸ ਦਾ ਉਦਘਾਟਨ ਵੀ ਹਲਕਾ ਵਿਧਾਇਕ ਸੰਜੇ ਤਲਵਾੜ ਨੇ ਕੀਤਾ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਵਰਿੰਦਰ ਕਪੂਰ ਨੇ ਦੱਸਿਆ ਕਿ ਸਰਕਸ ਵਿੱਚ ਜਿੱਥੇ ਵਿਦੇਸ਼ੀ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਵਾਉਣਗੇ, ਉੱਥੇ ਡਿਜ਼ਨੀ ਵਰਲਡ ਵਰਗੇ ਝੂਲੇ ਲੋਕਾਂ ਲਈ ਖਿੱਚ ਦਾ ਕੇਂਦਰ ਹੋਣਗੇ। ਹਲਕਾ ਵਿਧਾਇਕ ਸੰਜੇ ਤਲਵਾੜ ਨੇ ਕਿਹਾ ਕਿ ਜਾਨਵਰਾਂ 'ਤੇ ਲੱਗੀ ਪਾਬੰਦੀ ਕਾਰਨ ਹੁਣ ਵਿਦੇਸ਼ੀ ਕਲਾਕਾਰ ਆਪਣੀ ਅਦਾਕਾਰੀ ਨਾਲ ਬੱਚਿਆਂ ਅਤੇ ਵੱਡਿਆਂ ਦਾ ਖੂਬ ਮਨੋਰੰਜਨ ਕਰਵਾ ਰਹੇ ਹਨ। ਰਾਇਲ ਸਰਕਸ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਅਸੀਂ ਮੇਲੇ ਦੀ ਸ਼ੁਰੂਆਤ ਕੀਤੀ ਹੈ ਅਤੇ ਜਿਹੜੀਆਂ ਸਾਡੀ ਸੰਸਕ੍ਰਿਤੀ ਹੈ, ਕਿਉਂਕਿ ਅੱਜ ਤੋਂ ਬਹੁਤ ਸਮਾਂ ਪਹਿਲਾਂ ਇਹ ਸਰਕਸ, ਇਹ ਮੇਲੇ ਜਦੋਂ ਕੋਈ ਖੁਸ਼ੀ ਦਾ ਕੰਮ ਹੁੰਦਾ ਸੀ, ਚਾਹੇ ਦੁਸਹਿਰਾ, ਦਿਵਾਲੀ ਆ, ਉਹਦੇ ਨਾਲ ਲੱਗਦੇ ਸੀਗੇ, ਲੇਕਿਨ ਉਹ ਹੁਣ ਇਹ ਚੀਜ਼ ਕਿਤੇ ਨਾ ਕਿਤੇ ਲੁਪਤ ਹੁੰਦੀ ਜਾ ਰਹੀ ਹੈ। ਅਤੇ ਮੈਂ ਧੰਨਵਾਦ ਕਰਦਾ ਰਾਇਲ ਸਰਕਸ ਵਾਲਿਆਂ ਦਾ ਔਰ ਸਾਰੇ ਇਹਨਾਂ ਦੀ ਟੀਮ ਦਾ ਜਿਹੜੇ ਮੇਰੇ ਇਸ ਇਲਾਕੇ ਵਿੱਚ ਹਰ ਸਾਲ ਸਰਕਸ ਦਾ ਮੇਲੇ ਦਾ ਆਯੋਜਨ ਕਰਦੇ ਨੇ, ਔਰ ਇਹਦੇ ਵਿੱਚ ਜਿਹੜੇ ਅਲੱਗ ਅਲੱਗ ਕੰਟਰੀਜ਼ ਤੋਂ ਆਰਟਿਸਟ ਆ ਰਹੇ ਨੇ, ਅਫਰੀਕਾ ਤੋਂ, ਰਸ਼ੀਆ ਤੋਂ, ਤਕਰੀਬਨ 50 ਜਿਹੜੇ ਆਰਟਿਸਟ ਨੇ ਉਹ ਆਪਣੇ ਆਪਣੇ ਜਿਹੜੇ ਫਨ ਹੈ ਇੱਥੇ ਜ਼ੋਰ ਦਿਖਾਉਣਗੇ। ਔਰ ਮੈਂ ਇਹ ਕਾਮਨਾ ਕਰਦਾ ਇਹਨਾਂ ਆਰਟਿਸਟ ਵਾਸਤੇ ਕਿ ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਵੀ ਦੇਵੇ ਅਤੇ ਚੰਗੀ ਸਿਹਤ ਵੀ ਦੇਵੇ, ਔਰ ਜਿਹੜੇ ਬੜੀ ਲਗਨ ਦੇ ਨਾਲ, ਬੜੀ ਮਿਹਨਤ ਦੇ ਨਾਲ ਆਪਣਾ ਆਪਣਾ ਜਿਹੜਾ ਇਹ ਫਨ ਇੱਥੇ ਦਿਖਾਉਣ ਜਾ ਰਹੇ ਨੇ, ਉਹ ਸਾਡੇ ਇਲਾਕੇ ਵਾਸਤੇ, ਸਾਡੇ ਇਲਾਕੇ ਦੇ ਲੋਕਾਂ ਵਾਸਤੇ। ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇਸ ਸਰਕਸ 'ਚ ਆ ਕੇ ਆਪਣੀ ਸ਼ਿਰਕਤ ਕਰੋ, ਆਪਣੇ ਪਰਿਵਾਰ ਦੇ ਨਾਲ ਆ ਕੇ ਦੇਖੋ, ਕਿਉਂਕਿ ਬੱਚਿਆਂ ਵਾਸਤੇ ਇਹ ਬੜੀ ਅੱਛੀ ਗੱਲ ਹੈ ਕਿ ਉਹ ਚੀਜ਼ਾਂ ਦੇਖਣ, ਕਿਉਂਕਿ ਜਿੱਥੇ ਆਰਟਿਸਟ ਆਪਣੇ ਆਪਣੇ ਜੋਹਰ ਦਿਖਾਉਣਗੇ, ਉਹਦੇ ਨਾਲ ਨਾਲ ਜਿਹੜੀ ਹੈਲਥ ਹੈ ਉਹਦੇ ਬਾਰੇ ਪਤਾ ਲੱਗਦਾ ਕਿ ਕਿੱਦਾਂ ਕਿੱਦਾਂ ਇਹ ਸਾਡੇ ਨੌਜਵਾਨ ਬੱਚੇ ਬੱਚੀਆਂ ਆਪਣਾ ਰੋਲ ਪਲੇ ਕਰਦੇ ਆ। ਅਤੇ ਮੈਂ ਇਹਨਾਂ ਨੂੰ ਦੁਬਾਰਾ ਮੁਬਾਰਕਬਾਦ ਦਿੰਦਾ ਔਰ ਉਮੀਦ ਕਰਦਾ ਕਿ ਇੱਦਾਂ ਹੀ ਸਾਡੇ ਇਲਾਕਿਆਂ 'ਚ ਖੁਸ਼ੀ ਦੇ ਦੌਰਾਨ ਮੇਲੇ ਲੱਗਦੇ ਰਹਿਣਗੇ। ਔਰ ਜਿਹੜੀ ਇਹਨਾਂ ਨੇ ਅਨਾਊਂਸਮੈਂਟ ਕੀਤੀ ਹੈ ਕਿ ਆਰਮੀ ਵਾਲਿਆਂ ਵਾਸਤੇ ਔਰ ਸਕੂਲ ਦੇ ਬੱਚਿਆਂ ਵਾਸਤੇ ਜੋ ਇਹਨਾਂ ਦੀ ਟਿਕਟ ਹੈ, ਜੋ ਰੇਟ ਹੈ, ਉਹਦੇ 'ਚ 50% ਡਿਸਕਾਊਂਟ ਰਹੇਗਾ। ਮੈਂ ਆਪਣੇ ਵੱਲੋਂ, ਆਪਣੀ ਸਾਰੀ ਟੀਮ ਵੱਲੋਂ, ਸਾਰੇ ਕੌਂਸਲਰ ਸਾਥੀਆਂ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਧੰਨਵਾਦ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਹਰਜੀਤ ਦੁਗਰੀ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।